अस्सलाम वालेकुम नाज़रीन, मैं मलिक ज़ादा अली। मैं हूँ राजा स्पीकिंग। थैंकफुल मशकूर शुक्रगुजार हाँ अपने सोने रब का ते नाले बहुत ज्यादा थैंक यू जिन्हें दोस्तों ने मेरे चैनल लाइक किया थैंक यू सो मच। ਜਿਹਨਾਂ ਦੋਸਤਾਂ ਨੇ ਸਾਡੇ ਚੈਨਲ ਨੂੰ ਇੱਜ਼ਤ ਦਿੱਤੀ, ਲਾਈਕ ਕੀਤਾ, ਸ਼ੇਅਰ ਕੀਤਾ, ਸਬਸਕ੍ਰਾਈਬ ਕੀਤਾ, ਮੈਂ ਉਹਨਾਂ ਵਾਸਤੇ ਬਹੁਤ ਅੱਛਾ ਗਿਫਟ ਲੈ ਕੇ ਆਇਆ ਵਾਂ। ਮਿਹਰਬਾਨੀ ਹੈ ਮੇਰੇ ਜਾਨੂਆਂ ਦੀ ਜਿਹੜੇ ਸਾਡੇ ਚੈਨਲ ਨੂੰ ਬਹੁਤ ਇੱਜ਼ਤ ਦੇ ਰਹੇ ਨੇ। ਬਾਕੀ ਯਾਰਾਂ ਅੰਗੂਠਾ ਚੂਸਣ ਲਈ ਨਹੀਂ ਰੱਖਿਆ ਹੋਇਆ, ਇਹਨਾਂ ਲਾਈਕ ਵੀ ਕਰ ਲਿਆ ਕਰੋ, ਸ਼ੇਅਰ ਵੀ ਕਰ ਲਿਆ ਕਰੋ, ਸਬਸਕ੍ਰਾਈਬ ਵੀ ਕਰ ਲਿਆ ਕਰੋ। ਜਿੰਨਾ ਕਰੋ ਸਬਸਕ੍ਰਾਈਬਰ ਯਾਰ ਯਾਰ ਜਿੰਨਾ ਅੱਛਾ ਸਾਡੇ ਚੈਨਲ ਨੂੰ ਇੱਜ਼ਤ ਹੋਵੇਗੀ, ਅੱਛੀ ਤੋਂ ਅੱਛੀ ਵੀਡੀਓ ਆਏਗੀ ਦੋਸਤ ਵਾਸਤੇ ਇਨਸ਼ਾਅੱਲਾ। ਮਿਹਰਬਾਨੀ, ਸ਼ੁਕਰੀਆ, ਬਹੁਤ ਸ਼ੁਕਰੀਆ। ਅਤੇ ਮੇਰੇ ਵੱਲੋਂ ਮੇਰੀ ਟੀਮ ਖੱਟਾ ਮਿੱਠਾ ਸਪੈਸ਼ਲ ਸ਼ੇਖ ਮੋਹਸਨ ਸਾਹਿਬ, ਸ਼ੇਖ ਉਮਰ ਸਾਹਿਬ, ਉਸ ਤੋਂ ਬਾਅਦ ਰਾਜਾ ਸਪੀਕਿੰਗ ਸਾਹਿਬ, ਸ਼ਹਿਜ਼ਾਦ ਭਾਈ ਸਾਹਿਬ, ਜਿਨ੍ਹਾਂ ਨੇ ਮੇਰਾ ਚੈਨਲ ਅਸੀਂ ਬਣਾਇਆ ਅਤੇ ਪਰਫੋਰਮ ਕੀਤਾ ਉਹਨਾਂ ਨੇ, ਅਤੇ ਬਹੁਤ ਮਜ਼ਾ ਆਇਆ। ਅਤੇ ਥੈਂਕ ਯੂ ਸਾਰੀ ਵਿਊਰਸ ਦਾ ਜਿਹੜੇ ਦੋਸਤ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਰਹੇ ਨੇ। ਅਲੀ ਸਫਿਆ ਸਾਈਂ, ਸਪੈਸ਼ਲ ਸਾਈਂ, ਹੋਰ ਆਇਆ ਸਾਹਿਬ ਕਿਸ ਤਰ੍ਹਾਂ ਸਿਹਤ ਵੀ ਸੁਣਾਓ? ਜ਼ਬਰਦਸਤ। ਅੱਛਾ, ਗੁਜਰਾਣੇ ਦੇ ਸਿਆਲਕੋਟੀ ਦਰਵਾਜ਼ੇ ਵੇਖੇ, ਉਹਨੂੰ ਕੁੰਡਾ ਲਾਇਆ ਯਾਰ ਤੂੰ ਜਾ ਕੇ, ਕਿਉਂ ਲਾ ਨਹੀਂ ਸਕਦਾ ਯਾਰ? ਯਾਰ ਤੂੰ ਬੜੇ ਚੇਵਲ ਆ। ਮੈਂ ਤੇਰੇ ਲਈ ਨਾ ਸਪੈਸ਼ਲ ਗਿਫਟ ਲਿਆ, ਜੁੱਤੀ। ਮਲਕ ਬੜੀ ਮਿਹਰਬਾਨੀ, ਕਰਾਚੀ ਹੋਣੀ ਮੈਂ ਭੁੱਲ ਗਿਆ, ਮੈਂ ਇੱਥੋਂ ਲੈ ਕੇ ਆਇਆ ਫੈਸਲਾਬਾਦ। ਫੈਸਲਾਬਾਦ ਲਈ ਝੰਗ ਬਾਜ਼ਾਰ ਦੇਖਿਆ? ਹਾਂ, ਉੱਥੇ ਬਾਹਰ ਇੱਕ ਪਰਿੰਦਿਆਂ ਦੀਆਂ ਦੁਕਾਨਾਂ ਹੈਗੀਆਂ, ਉਹ ਨਿਊ ਨਾਰਕਲੀ, ਹਾਂ ਹੈ ਹੈ ਹੈ, ਮੌਲਵੀ ਸਰਦਾਰ ਦੀ, ਉੱਥੋਂ ਲਿਆ ਚੌਕੇ। ਮਤਲਬ ਸਾਹਿਬ ਚੌਕੇ ਲੈ ਯਾਰ, ਦੱਸ ਹੋਰ ਜਿੱਦਾਂ ਦਾ ਤੇਰਾ ਮੂੰਹ, ਤੈਨੂੰ ਬ੍ਰਾਂਡ ਨਿਊ ਚੰਗੀ ਲੱਗਦੀ? ਮੈਂ ਕਿਹਾ ਪਤਾ ਨਹੀਂ ਕਿਹੜੀ ਡੀ ਬ੍ਰਾਂਚ ਵੱਡੀ 'ਚੋਂ ਲੈ ਕੇ ਆ ਗਿਆ ਮੇਰੀ ਜੁੱਤੀ, ਦਾ ਜਾਣਦੇ ਯਾਰ ਮਤਲਬ। ਅੱਛਾ, ਤੂੰ ਜਦੋਂ ਮਤਲਬ ਮੇਰੇ ਕੋਲੋਂ ਲੰਘਿਆ ਵਾ ਉਦੋਂ ਉਹ ਆਟਾ ਲੈ ਕੇ ਲੰਘਣੇ ਆ ਸੀ, ਤਿੱਬਤ ਦੀ ਸ਼ੀਸ਼ੀ ਮਾਰੇ ਮੋਢੇ 'ਤੇ ਚੱਕੀ, ਤਿੱਬਤ ਦੀ ਤੇਰੇ ਵਰਗੇ ਤਿੱਬਤ ਦੀ ਸ਼ੀਸ਼ੀ 'ਚ ਆਟਾ ਲੈ ਕੇ ਜਾਂਦੇ, ਕਿੰਨੀ ਕੁ ਖੁਰਾਕ ਆ ਤੇਰੀ ਯਾਰ? ਤੇਰੇ ਵਰਗੇ ਬੰਦੇ ਵੀ ਨਾ ਜਨਮ ਨੇ, ਗੱਲ ਦੱਸਾਂ, ਤੇਰੇ ਵਰਗੇ ਬੰਦੇ ਈਦ ਵਾਲੇ ਦਿਨ ਮਾਰ ਕੇ ਸਾਰਿਆਂ ਦੀ ਈਦ ਖਰਾਬ ਕਰ ਦਿੰਦੇ। ਨਹੀਂ ਹੁੰਦਾ ਯਾਰ, ਜਦੋਂ ਰੱਬ ਨੇ ਜਾਣ ਕੱਢਣੀ ਉਹਨੇ ਦੱਸ ਕੇ ਕੱਢਣੀ, ਮੈਂ ਤੇਰੀ ਈਦ ਵਾਲੇ ਦਿਨ ਕੱਢਣੀ ਜਾਣ। ਅੱਛਾ, ਅਤੇ ਉਹ ਅੱਛਾ ਵੱਡਾ ਗੁੱਸਾ ਬਣਾ ਕੇ ਨਾ ਉਹਦਾ ਨਾਂ ਰੱਖਤਾ ਟਾਈਟੈਨਿਕ, ਅਤੇ ਉਹਨੂੰ ਚਲਾਇਆ ਕਿਸ ਚਲਾਇਆ ਕੀ ਅਗਲੇ ਦਿਨ ਦੇਖਿਆ ਤੇ ਹੱਥ 'ਚ ਦੋ ਰੱਸੇ ਫੜੇ ਲੈ ਕੇ ਆਉਂਦਾ, ਮੈਂ ਕਹਾਂ ਮਤਲਬ ਰੱਸੇ ਕਾਹਲੀ ਲੈ, ਕਹਿੰਦਾ ਬੂਟਾਂ 'ਚ ਪਾਉਣੇ। ਮੈਂ ਯਾਰ ਤੁਹਾਡੇ, ਮੈਂ ਕਿਹਾ ਮਤਲਬ ਜਾਣਦੇ ਯਾਰ ਗੁੱਸੇ। ਅੱਛਾ, ਰਾਜੇ ਨੇ ਵੀ ਮਸਜਿਦ 'ਚ ਮਾਰ ਖਾ ਲਈ, ਬਿੱਲੀ ਵਾਰ ਕੇ ਦੇ ਆ, ਬਿੱਲੀ ਵਾਰ ਕੇ ਦੇ ਆ, ਕਿੱਦਾਂ ਦੀਆਂ ਜੁੱਤਾਂ ਮਾਰਨੇ ਆ ਯਾਰ। ਮਤਲਬ ਕਾਈ ਕੋਈ ਖਾਣਾ ਨਹੀਂ, ਤੂੰ ਕੁਛ ਖਾਣਾ ਵਾ? ਆ ਦੇ ਯਾਰ ਭੁੱਖ, ਸ਼ਰਮ ਖਾ ਲਾ। ਮਤਲਬ ਕੋਈ ਖਾਣ ਪੀਣ ਦੀ ਗੱਲ ਕਰ ਯਾਰ, ਮੈਂ ਨਾ ਮੈਂ ਤੈਨੂੰ ਸੁਲਾ ਮਾਰੀ, ਤੂੰ ਅੱਗੇ ਮੈਨੂੰ ਸ਼ਰਮ ਖਵਾਉਂਦੇ ਆ ਯਾਰ। ਅੱਛਾ, ਮੈਂ ਨਾ ਯਾਰ ਹਕੀਕੇ ਰੱਖੇ, ਹਾਂ, ਦੋ ਬੱਕਰੇ ਲਿਆਇਆ, ਹਾਂ, ਰਾਤ ਨੂੰ ਲਿਆ ਕੇ ਬੰਨੇ ਆ, ਬੜਾ ਉੱਚੀ ਉੱਚੀ ਭੌਂਕੇ ਲਿਆ ਕੇ ਜਾਂਦੇ ਯਾਰ। ਇਹਨੂੰ ਮੈਂ ਕਿਹਾ ਜਾ ਯਾਰ ਬਰਫ਼ ਲੈ ਕੇ ਆ ਵੀਆਂ ਦੀ, ਸਾਰੀ ਦਿਹਾੜੀ ਫਿਰ ਤੁਰ ਕੇ ਨਾ ਦੁਪਹਿਰ ਨੂੰ ਆ ਕੇ ਅਤੇ ਮੈਨੂੰ ਨਾ ਲਿਆ ਕੇ ਰੱਖਤੀ, ਅਤੇ ਮੈਂ ਵੀ ਜਲਦਬਾਜ਼ੀ 'ਚ ਮੈਂ ਕਿਹਾ ਰੱਖ ਦੇ ਯਾਰ ਉੱਥੇ, ਉਹ ਰੱਖ ਦਿੱਤੀ, ਮੈਂ ਵੀ ਭੁੱਲ ਗਿਆ ਕੂਲਰ 'ਚ ਪਾਉਣੀ। ਉਹ ਸ਼ਾਮ ਨੂੰ ਵਾ ਕੇ ਦੇਖਿਆ ਅਤੇ ਉਦਾਂ ਦੀ ਉਦਾਂ ਹੀ ਬਰਫ਼ ਪਈ ਹੋਈ। ਉਹ ਕਿਉਂ? ਫਟਕੜੀ ਲੈ ਆਇਆ ਸੀ। ਫਟਕੜੀ ਲੈ ਯਾਰ, ਦੱਸ ਇਹਦੇ ਕੰਮ ਦੇਖ ਲਓ। ਮੈਂ ਕਿਹਾ ਖੁਰਨ ਕਿਉਂ ਨਹੀਂ ਦਈ, ਮੈਂ ਇੰਨਾ ਫਿਰ ਕੇ ਆ ਗਿਆ, ਵੀਹਾਂ ਦੀ ਬਰਫ਼ ਨਹੀਂ ਇਹਦੇ ਕਰ ਖੁਰੀ। ਮੈਂ ਕਿਹਾ ਅੱਛਾ, ਲਾਈਟ ਬੰਦ ਹੋ ਰਹੀ, ਮੈਂ ਕਿਹਾ ਪਤਾ ਨਹੀਂ ਉਸੇ ਸਿਲਸਿਲੇ ਦੇ ਵਿੱਚ ਇਮਰਾਨ ਖਾਨ ਨੇ ਲਾਤਾ ਫਟਕੜੀਆਂ, ਯਾਦ ਕਰ ਦੇ। ਇਮਰਾਨ ਖਾਨ ਨਾ ਕੁਛ ਕਹੀ, ਕਰਨ ਤਾਂ ਦਿਆ ਇੰਨਾ ਕੁਛ, ਕੀ ਕਰਦਾ ਕੁਛ, ਝੂਠ ਨਹੀਂ ਬੋਲ ਰਿਹਾ? ਅੱਛਾ ਯਾਰ, ਤੁਸੀਂ ਨਹੀਂ ਝੂਠ ਬੋਲਦੇ, ਕਹਿ ਕੇ ਨਹੀਂ ਜਾਣੇ ਯਾਰ ਮੈਂ ਪੰਜਾਂ ਮਿੰਟਾਂ 'ਚ। ਉਹਨੇ ਆਪ ਹੀ ਕਿਹਾ ਸੀ ਕਿ ਜਿਹੜਾ ਬੰਦਾ ਲਾਈਟ ਬੰਦ ਕਰਦਾ ਵਾ ਉਹ ਵਜ਼ੀਰ ਆਜ਼ਮ ਚੋਰ ਆ, ਜਿਹੜਾ ਮਹਿੰਗਾਈ ਕਰਦਾ ਵਾ ਉਹ ਚੋਰ ਆ,
ਸਾਰਾ ਕੁਛ ਆਪ ਕਰਨ ਦੇ ਯਾਰ ਤੇ ਮੇਰਾ ਮਤਲਬ ਮੇਰਾ ਕੱਲ ਬੂਟ ਚੁੱਕੇ ਗਏ ਉਹ ਲੈ ਗਿਆ ਜਾ ਕੇ ਯਾਰ ਚੋਰ ਚੋਰ ਗਈ ਇਹਨਾਂ ਨੂੰ ਮੇਰੀ ਵੀ ਜੁੱਤੀ ਚੋਰੀ ਹੋਈ ਹੈ ਜਾਣ ਦੇ ਮਤਲਬ ਉਹ ਰਾਜਾ ਇੱਕ ਫੋਤਗੀ ਤੇ ਗਿਆ ਨਾਲ ਕਿਲੋ ਮਿਠਾਈ ਦਾ ਡੱਬਾ ਲੈ ਗਿਆ ਯਾਰ ਮੈਂ ਕਿਹਾ ਪਤਾ ਨਹੀਂ ਬੜੇ ਸ਼ੌਕ ਨਾਲ ਖਾਂਦਾ ਸੀ ਉਹਦੀ ਔਰ ਐਸਾ ਵਾਰੀ ਆ ਵਾਰੀ ਕੀ ਕਾਹਦੀ ਵਾਰੀ ਆ ਮੇਰੀ ਅੱਛਾ ਇਹਦੇ ਅੱਬੇ ਨੇ ਕਿਹਾ ਚੱਲ ਪੁੱਤ ਦਾਰੂ ਲੈ ਗਿਆ ਮੈਂ ਅੱਖਾਂ 'ਚ ਪਾਉਣਾ 1600 ਵਾਲੀ ਬੋਤਲ ਲੈ ਕਹਿੰਦਾ ਬਾਈ ਨਾਲ ਨਿਮਕੋ ਵੀ ਲੈ ਅਤੇ ਰਾਜਾ ਵੀ ਇੰਨਾ ਬੇਵਕੂਫ ਮੇਰੇ ਕੋਲ ਦੌੜਾ ਦੌੜਾ ਆਇਆ ਕਹਿੰਦਾ ਮਲਕ ਜੰਗ ਲੱਗ ਗਈ ਜਲਦੀ ਕਰ ਜੰਗ ਲੱਗ ਗਈ ਜਲਦੀ ਕਰ ਮੈਂ ਘਰੋਂ ਪਸੋਲਾਂ ਪਸੂਲਾਂ ਚੁੱਕੀਆਂ ਬਾਹਰ ਗਿਆ ਵਾਂ ਦੇਖਿਆ ਨਾ ਸੰਜੇ ਦੇਵ ਦੀ ਜੰਗ ਫਿਲਮ ਲੱਗੀ ਬਹੁਤ ਅੱਛੀ ਹੈਗੀ ਫਿਲਮ ਜੰਗ ਇੰਨਾ ਕਮਜ਼ੋਰ ਆ ਡਾਕਟਰ ਕੋਲ ਗਿਆ ਡਾਕਟਰ ਨੇ ਕਿਹਾ ਤੈਨੂੰ ਖੂਨ ਦੀ ਬੋਤਲ ਲੱਗਣੀ ਆ ਜਦੋਂ ਉੱਥੇ ਗਿਆ ਡਾਕਟਰ ਨੇ ਇਹਦੀ ਸ਼ਕਲ ਵੇਖੀ ਉਹਨੇ ਉਂਗਲੀ ਨੇ ਇੰਨਾ ਗਲਾ ਦਿੱਤਾ ਕਹਿੰਦਾ ਚੱਲ ਤੇਰੀ ਤਾਵਾਂ ਨਹੀਂ ਪੂਰੀ ਹੋਈ ਇੰਨਾ ਕਮਜ਼ੋਰ ਆ ਸੂਈ ਦਾ ਜਿਹੜਾ ਸੁਰਾਖ ਨੇ ਦੋਹਰੇ ਵਿੱਚ ਵੀ ਲੰਘ ਜਾਂਦਾ ਧਾਗਾ ਪਾ ਕੇ ਇੰਨਾ ਬਰੀਕ ਆ ਮੈਂ ਮਤਲਬ ਇੰਨਾ ਕਮਜ਼ੋਰ ਆ ਡਾਕਟਰ ਕੋਲ ਇੰਜੈਕਸ਼ਨ ਲਵਾਉਣ ਗਿਆ ਡਾਕਟਰ ਭਰਨ ਲੱਗਾ ਤੇ ਭਰ ਕੇ ਇੰਜ ਕੇ ਲਿਆ ਕੇ ਨਾ ਚੱਲ ਜਾ ਪੁੱਤ ਠੀਕ ਆਇਆ ਵੀ ਨਹੀਂ ਮੇਰੇ ਇਹਦਾ ਮਤਲਬ ਮੈਨੂੰ ਦਵਾਈ ਵੀ ਲੈਣ ਦੀ ਲੋੜ ਨਹੀਂ ਹੈਗੀ ਡਾਕਟਰ ਦੀ ਦੁਕਾਨ ਕੋਲ ਕਹਿੰਦਾ ਕਹਿੰਦਾ ਨਾ ਦੇਈ ਪੈਸੇ ਦਵਾਈ ਲਾਇਆ ਜਾ ਕੇ ਪਤਾ ਨਹੀਂ ਰੋਜ਼ ਹੀ ਲੰਘਦਾ ਇੱਦਾਂ ਹੀ ਲੰਘ ਜਾਂਦਾ ਮੇਰੇ ਕੋਲ ਪਤਾ ਨਹੀਂ ਦਵਾਈ ਲੈਣੀ ਇਹਨੇ ਯਾਰ ਉਹਨੇ ਕਿਹਾ ਚੱਲ ਯਾਰ ਨਾ ਪੈਸੇ ਦੇਈ ਦਵਾਈ ਲਾਇਆ ਯਾਰ ਜਿਹੜੀ ਮੇਰੇ ਕੋਲ ਪੈਸੇ ਨਹੀਂ ਸੀ ਐਵੇਂ ਗਰੀਬ ਆ ਇੰਨਾ ਗਰੀਬ ਆ ਮਨੇ ਇੰਨਾ ਕਮਜ਼ੋਰ ਆ ਯਕੀਨ ਕਰੋ ਇਹਨੂੰ ਮੈਂ ਸਿਗਰਟ ਪੀਣ ਲਈ ਦਿੱਤੇ ਇਹਨੇ ਲੱਤਾਂ ਫਸਾ ਲਈਆਂ ਵਿੱਚ ਰਾਜਾ ਇੰਨਾ ਕਮਜ਼ੋਰ ਆ ਇਹਨਾਂ ਦੇ ਘਰ ਕੁੰਡੀ ਨਾਲ ਉਹ ਨਹੀਂ ਫਸਾਈ ਹੁੰਦੀ ਉਹਨਾਂ ਨੇ ਚਮਚੀ ਉਹ ਨਹੀਂ ਸੀ ਆਇਆ ਉਹਨਾਂ ਨੇ ਰਾਜੇ ਲਈ ਭੇਜਦਾ ਹੁੰਦਾ ਇੰਨਾ ਕਮਜ਼ੋਰ ਆ ਇਹਦੇ ਮੁਹੱਲੇ 'ਚ ਇਹਦਾ ਨਾਮ ਲੋਕਾਂ ਨੇ ਕੀੜੀ ਰੱਖਿਆ ਇੱਕ ਦਿਨ ਘਰ ਲੇਟ ਗਿਆ ਅਤੇ ਇਹਨੇ ਅੱਜ ਕੱਲ੍ਹ ਦਰਵਾਜ਼ਾ ਖੜਕਾਇਆ ਅਤੇ ਇਹਦੀ ਅੰਮੀ ਪੁੱਛਦੀ ਕੌਣ ਆ ਕਹਿੰਦਾ ਅੰਮੀ ਜੀ ਕੀੜੀ ਕਹਿੰਦੀ ਬਹੁਤ ਥੱਲੋਂ ਦੀ ਆ ਜਾ ਹੁਣ ਇਹਦਾ ਮਤਲਬ ਹੁਣ ਤੂੰ ਮੈਨੂੰ ਜੁਗਤਾਂ ਅਤੇ ਤੇਰਾ ਜ਼ਿਆਦਾ ਪੈਕੇਜ ਆ ਰਿਹਾ ਹੁਣ ਮੇਰੇ ਤੁਸੀਂ ਨਾ ਤੇਰੀ ਸਿਹਤ ਬਹੁਤ ਕਮਜ਼ੋਰ ਆ ਯਾਰ ਯਾਰ ਸਿਹਤ ਸੂਤ ਬਣਾਉਣਾ ਯਾਰ ਕੋਈ ਖਾਇਆ ਪੀਆ ਕਰ ਕੱਲ੍ਹ ਬੰਦੇ ਦਾ 300 ਖਾ ਗਿਆ ਯਾਰ ਹੁਣ ਮੈਂ ਇੰਨਾ ਕਮਜ਼ੋਰ ਆ ਇਹਨਾਂ ਘਰ ਨਾਲਾ ਪਾਉਣੀ ਨਹੀਂ ਹੈ ਤੇਰੀ ਅੰਮੀ ਨੇ ਇਹਨਾਂ ਨਾਲਾ ਬੰਨ ਕੇ ਇਹਨਾਂ ਨਾਲਾ ਬੰਨ ਕੇ ਪਾ ਅੱਛਾ ਜੀ ਆਪ ਹੀ ਲੰਘ ਜਾਂਦਾ ਇੰਨਾ ਕਮਜ਼ੋਰ ਆ ਯਕੀਨ ਕਰੋ ਇੱਕ ਜਗ੍ਹਾ 'ਤੇ ਸ਼ੇਵ ਕਰਾਉਣ ਗਿਆ ਉਹ ਭਾਈ ਨੇ ਇੰਜ ਕੀਤਾ ਕਹਿੰਦਾ ਚੱਲ ਤੇਰੀ ਸ਼ੇਵ ਹੋ ਗਈ ਮੇਰੇ ਦੰਦ ਆਪਸ 'ਚ ਗੱਲਾਂ ਕਰਦੇ ਹੁੰਦੇ ਯਾਰ ਥੋੜ੍ਹਾ ਕੁ ਨਾਲ ਹੋ ਖਲੋ ਬਹੁਤ ਅੱਛੇ ਮਤਲਬ ਸਾਹਿਬ ਅੱਜ ਬਹੁਤ ਜ਼ਿਆਦਾ ਸਾਡੀ ਇੱਜ਼ਤ ਕਰ ਰਹੇ ਆ ਅਤੇ ਨਾਜ਼ਰੀਨ ਅੱਜ ਦਾ ਸੈਗਮੈਂਟ ਸਾਡਾ ਇੱਥੇ ਖਤਮ ਹੋ ਰਿਹਾ ਹੈ ਇਹ ਮੇਰੇ ਨਾਲ ਰਿਹਾ ਸਪੀਕਿੰਗ ਸਾਹਿਬ ਨੇ ਅਤੇ ਤੁਹਾਡੀ ਮਿਹਰਬਾਨੀ ਹੈ ਇਸ ਲਈ ਮਜ਼ੀਦ ਪਿਆਰ ਕਰਦੇ ਰਹੋ ਤੁਹਾਡੇ ਪਿਆਰ ਦਾ ਬਹੁਤ ਜ਼ਿਆਦਾ ਸ਼ੁਕਰੀਆ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਰਹੇ ਹੋ ਲਾਈਕ ਕਰ ਰਹੇ ਹੋ ਸਾਡੇ ਵੀਡੀਓ ਨੂੰ ਅਤੇ ਸ਼ੇਅਰ ਕਰ ਰਹੇ ਹੋ ਥੈਂਕ ਯੂ ਸ਼ੁਕਰੀਆ ਥੈਂਕ ਯੂ ਮੇਰੀ ਸੁਣ ਲਓ ਇਹਨੇ ਮਰ ਜਾਣਾ ਜੇ ਹਾਂਜੀ ਮਰ ਮਰੇ ਤਾਂ ਪਏ ਹਾਂ ਦੋਸਤਾਂ ਦੇ ਪਿਆਰ ਦੇ ਦੋਸਤਾਂ ਦੀ ਚਾਹਤ ਦੇ ਇੱਕ ਤਰ੍ਹਾਂ ਡੈਲਗਾ ਮਜ਼ੀਦ ਮਜ਼ਾ ਆਏਗਾ ਦੋਸਤ ਲਾਈਕ ਕਰਨ